ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਹੈ ਜੀ ਜੇਲ੍ਹ ਵਿੱਚ ਬੈਠਾ ਰਾਮ ਰਹੀਮ ਇਹ ਚੀਜ਼ ਤੋਂ ਹੋਇਆ ਤੰਗ ਜੇਲ੍ਹ ਅਧਿਕਾਰੀ ਨਹੀਂ ਕਰ ਰਹੇ ਇਹ ਕੰਮ ਜੀ ਹਾਂ ਦੋਸਤੋ ਹਰਿਆਣਾ ਦੀ ਰੋहतक ਜ਼ਿਲ੍ਹਾ ਜੇਲ੍ਹ ਵਿੱਚ ਉਮਰ ਕੈਦੀ ਸਜ਼ਾ ਕੱਟ ਰਿਹਾ ਸੱਚਾ ਸੌਦਾ ਸਾਦ ਆਪਣੀ ਚਿੱਟੀ ਦਾੜੀ ਤੋਂ ਪਰੇਸ਼ਾਨ ਹੈ ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਦਾੜੀ ਰੰਗਣ ਦੀ ਇਜਾਜ਼ਤ ਦੀ ਮੰਗ ਕੀਤੀ ਸੀ ਪਰ ਨਹੀਂ ਮਿਲੀ ਉਸ ਤੋਂ ਬਾਅਦ ਰਾਮ ਰਹੀਮ ਨੇ ਹੁਣ ਹਰਿਆਣਾ ਦੇ ਮਨੋਕੀ ਅਧਿਕਾਰ ਕਮਿਸ਼ਨ ਤੋਂ ਇਜਾਜ਼ਤ ਮੰਗਿਆ ਤੇ ਇਸ ਤੇ ਫੈਸਲਾ ਆਉਣਾ ਹਲੇ ਬਾਕੀ ਹੈ ਤੇ ਇਹ ਮੰਗ ਨੂੰ ਲੈ ਕੇ ਰਾਮ ਰਹੀਮ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਤੇ ਉਸ ਤੋਂ ਪਹਿਲਾਂ ਦਿੱਲੀ ਵਿੱਚ ਚੈੱਕਅਪ ਲਈ ਜਾਂਦੇ ਸਮੇਂ ਲੋਕਾਂ ਨੂੰ ਮਿਲਣ ਦਾ ਮਾਮਲਾ ਹੀ ਬਹੁਤ ਜ਼ਿਆਦਾ ਵਿਵਾਦਾਂ ਵਿੱਚ ਰਿਹਾ ਸੀ ਤੇ 3 ਸਤੰਬਰ ਨੂੰ ਹਰਿਆਣਾ ਮਨੋਕੀ ਕਮਿਸ਼ਨ ਚੇਅਰਮੈਨ ਜਸਟਿਸ ਇਸ ਕੇਸ ਕੇ ਮੱਤਲ ਨੇ ਇਥੇ ਜੇਲ੍ਹ ਦਾ ਨਰੀਖਣ ਕੀਤਾ ਤੇ ਉਸ ਸਮੇਂ ਤੇ ਦਰਾਨ ਰਾਮ ਰਹੀਮ ਸਿੰਘ ਨੇ ਆਪਣੀ ਦਾੜ੍ਹੀ ਰੰਗਣ ਦੀ ਮੰਗ ਉਠਾਈ ਹੈ ਤੇ ਰਾਮ ਰਹੀਮ ਦਾ ਕਹਿਣਾ ਹੈ ਕਿ ਇਸ ਸੰਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਪਰ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਮਜਬੂਰ ਹੋ ਕੇ ਮਾਵੜਾ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਦੇ ਧਿਆਨ ਵਿੱਚ ਲਿਆਉਣਾ ਪਿਆ ਹੁਣ ਜ ਹਾਲੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਇਸ ਬਾਰੇ ਹਜੇ ਕੋਈ ਫੈਸਲਾ ਨਹੀਂ ਲਿਆ ਗਿਆ